ਉਦਾਸੀਨ ਆਸ਼ਰਮ ਪਿੰਡ ਜੌਲਾਂ ਜ਼ਿਲ੍ਹਾ ਲੁਧਿਆਣਾ ਵਿਖੇ ਮਹੰਤ ਰਾਮਦਾਸ ਜੀ ਮਹਾਰਾਜ ਦੀ 52ਵੀਂ ਅਤੇ ਮਹੰਤ ਦਿਆਲਦਾਸ ਜੀ, ਮਹੰਤ ਦਲੀਬੀ ਦਾਸ ਜੀ, ਮਹੰਤ ਤਰਨ ਦਾਸ ਜੀ ਦੀ ਯਾਦ ਵਿੱਚ ਸਾਲਾਨਾ ਸਮਾਗਮ ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਮਹੰਤ ਰਾਮਦਾਸ ਜੀ ਅਤੇ ਚੇਲਾ ਸੰਤ ਗੁਰਨਾਮਦਾਸ ਜੀ ਦੇਖਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਅਰੰਭੇ ਪਾਠਾਂ ਦੇ ਭੋਗ ਪਾਏ ਗਏ। ਮਹੰਤ ਸਚਕਾਨੰਦ ਜੀ ਗੁਰਮਾ, ਮਹੰਤ ਪੁਰਸ਼ੋਤਮ ਦਾਸ ਜੀ ਲੌਂਗੋਵਾਲ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕਿਹਾ ਗਿਆ, ਸੁਖ ਮਿਲੇ ਦੁੱਖ ਕੋ ਹਰੇ ਕਰੇ ਪਾਪ ਕਾ ਅੰਤ, ਕਹਿ ਕਬੀਰ ਵਹਿ ਕਮ ਮਿਲੇਂਗੇ ਪਰਮ ਸੁਨੇਹੀ ਸੰਤ। ਸੰਤ ਮਿਲੇ ਵਹਿ ਸਭ ਕਟੇ, ਕਾਲ ਜਾਲ ਜਮ ਚੋਟ, ਸੀਸ ਨਿਭਾਵਤ ਡਹਿ ਪੜੇ ਸਭ ਪਾਪਨ ਕੀ ਪੋਟ। ਮਾਸਟਰ ਭੀਮ ਜੀ ਵੀ ਸਾਡੇ ਦੱਸਦੇ ਨੇ ਕਿ ਸੰਤਾਂ ਨੂੰ ਮਿਲੇ, ਸੰਤਾਂ ਤੋਂ ਟਲੇ ਨਾ। ਮਾਂ ਨਾਮ ਹੈ ਮਾਇਆ ਦਾ, ਮਾਂ ਨਾਮ ਹੈ ਮੋਹ ਦਾ। ਜਿਹੜੇ ਇਨਸਾਨ ਨੇ ਉਹ ਮੋਹ ਨੂੰ ਨਸ਼ਟ ਕਰਤਾ, ਗਾਲਤਾ ਮਾਂ ਗੱਲ, ਕੀ ਪ੍ਰਾਪਤ ਕੀਤਾ? ਆਚਰਨ। ਜਦ ਆਚਰਨ ਦੀ ਪ੍ਰਾਪਤੀ ਹੋ ਗਈ, ਮਾਂ ਦਾ ਗਲ ਗਿਆ, ਮੋਹ ਗਲ ਗਿਆ, ਮੋਹ ਨੂੰ ਦੂਰ ਹੋ ਗਿਆ, ਮਾਇਆ ਨੂੰ ਦੂਰ ਹੋ ਗਿਆ, ਗਿਆਨ ਨੂੰ ਦੂਰ ਹੋ ਗਿਆ, ਵਿੱਦਿਆ ਨੂੰ ਦੂਰ ਹੋ ਗਿਆ, ਪੰਜ ਕਵੇ ਸਵਿੱਦਿਆ ਅਸਮਤਾ ਰਾਗ ਦੁਆ ਸਭੀ ਨਿਵੇਸ਼ਾਂ ਦਾ ਖਤਮ ਕਰ ਲਿਆ, ਤਾਂ ਫਿਰ ਕੀ ਬਣ ਗਿਆ? ਇਹਦਾ ਆਚਰਨ ਉਹ ਹੋ ਗਿਆ ਜਿਹੜਾ ਪਰਮਾਤਮਾ ਨੂੰ ਦੇਖਣ ਵਾਲਾ ਆਚਰਨ ਹੋਵੇ। ਭੋਗ ਪੈਣ ਉਪਰੰਤ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਹੁਕਮਨਾਮੇ ਵੀ ਲੈ ਗਏ। ਪ੍ਰਸਿੱਧ ਕਵੀਸ਼ਰ ਮਾਸਟਰ ਭੀਮ ਮੌੜ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਬਹੁਤ ਥੋੜਿਆਂ ਲਈ ਖੋਲੇ ਮਹਿ ਖਾਨੇ ਤੇ, ਬੁੱਲੇ ਸ਼ਾਹ ਵਰਗੇ ਕੀਤੇ ਮਸ ਤਨ ਤੇ, ਸਾਨੂੰ ਵੀ ਪਲਾ ਦੇ, ਸਾਨੂੰ ਵੀ ਪਲਾ ਦੇ, ਮੀਰਾਂ ਵਾਲੇ ਮੀਰਾਂ ਵਾਲੇ ਜਾਗਾਮ, ਕੰਠ ਲਗਾ ਲੈ ਭੁਲਿਆ ਨੂੰ ਰਾਮ ਰਾਮ। ਇਸ ਮੌਕੇ ਸਵਾਮੀ ਆਤਮਾਨੰਦ ਜੀ ਕੁਠਾਲਾ, ਮਹੰਤ ਕੇਸਰਦਾਸ ਜੀ ਕੰਗਣਵਾਲ, ਮਹੰਤ ਮਹਿੰਦਰ ਸਿੰਘ ਜੀ ਕੋਠਾ ਗੁਰੂ, ਮਹੰਤ ਮਿੱਠੂਦਾਸ ਜੀ ਚੱਕੂਆਣਾ, ਮਹੰਤ ਭਗਵਾਨਦਾਸ ਜੀ ਚੱਕੂਆਣਾ, ਮਹੰਤ ਪ੍ਰੇਮਦਾਸ ਜੀ ਹਮੀਦੀ, ਸ਼੍ਰੀ ਮਹੰਤ ਗੋਪਾਲਗਿਰ ਜੀ ਕਲਸੀਆਂ, ਮਹੰਤ ਭਿਰਗੂਦਾਸ ਜੀ ਮੂਮ, ਮਹੰਤ ਪ੍ਰੇਮਦਾਸ ਜੀ ਲੱਡਾ, ਮਹੰਤ ਤੁਲਸੀਦਾਸ ਜੀ ਮਹਿਲਾ ਚੌਂਕ, ਮਹੰਤ ਕਾਨਦਾਸ ਜੀ ਸੁਨਾਮ, ਮਹੰਤ ਗੋਪਾਲਦਾਸ ਜੀ ਹਥਨ, ਮਹੰਤ ਚਮਕੌਰ ਸਿੰਘ ਜੀ ਲੋਹਗੜ੍ਹ, ਮਹੰਤ ਬੂਟੀਦਾਸ ਜੀ ਭੂਦਨ, ਮਹੰਤ ਪ੍ਰੀਤਮਦਾਸ ਜੀ ਮਕਸੂਦੜਾ ਵੀ ਹਾਜ਼ਰ ਸਨ। ਸਾਡੇ ਰਿਪੋਰਟਰ ਗੌਰਵਗੜ੍ਹ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਮਹੰਤ ਰਾਮਦਾਸ ਜੀ ਅਤੇ ਚੇਲਾ ਸੰਤ ਗੁਰਨਾਮਦਾਸ ਜੀ ਨੇ ਆਪਣੇ ਵਿਚਾਰ ਰੱਖੇ। ਇਸੇ ਤਰ੍ਹਾਂ ਸੰਤ ਬਾਬਾ ਰਾਮਦਾਸ ਜੀ ਪਰਉਪਕਾਰੀ ਮਹਾਂਪੁਰਸ਼, ਇਹਨਾਂ ਦੇ ਦਿਹਾੜੇ 'ਤੇ ਅੱਜ ਮੇਲੇ ਲੱਗਦੇ ਹਨ, ਮਹਾਂਪੁਰਸ਼ ਪਹੁੰਚਦੇ ਹਨ, ਸੋ ਇਸੇ ਤਰ੍ਹਾਂ ਮੇਲੇ ਲੱਗਦੇ ਰਹਿਣ, ਸੰਗਤ ਸੇਵਾ ਕਰਦੇ ਰਹੇ, ਸਾਰੀ ਸੰਗਤ ਮਹਾਂਪੁਰਸ਼ ਛਕਦੇ ਰਹਿਣ, ਸਮੂਹ ਸੰਗਤ ਭਾਈ ਆਉਂਦੇ ਕਰਦੇ ਰਹੇ, ਏਕਤਾ ਰਹੇ, ਥਵਾਕ ਰਹੇ, ਨਗਰ 'ਚ ਚੜ੍ਹਦਿਆਂ ਕਲਾ ਰਹਿਣ, ਰਾਕੇ 'ਚ ਚੜ੍ਹਦਿਆਂ ਕਲਾ ਰਹਿਣ। ਬੋਲ ਸ਼੍ਰੀ ਚੰਦਰ ਭਗਵਾਨ ਕੀ ਜੈ। ਅੱਜ ਬਾਸੀ ਸਮਾਗਮ 'ਤੇ ਸਾਰੀਆਂ ਹੀ ਸੰਗਤਾਂ ਪਹੁੰਚੀਆਂ ਨੇ। ਮਹੰਤ ਰਾਮਦਾਸ ਜੀ ਗੁਰੂ ਮਹਾਰਾਜ ਵੱਲੋਂ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਨਗਰ ਨਿਵਾਸੀਆਂ ਦਾ, ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬੋਲ ਸ਼੍ਰੀ ਚੰਦਰ ਭਗਵਾਨ ਕੀ ਜੈ। ਬੀਬੀਆਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ ਗਈ। ਬਿਗੜੀ ਬਣ